ਰਜਿੰਦਰਾ ਹਸਪਤਾਲ ਪਟਿਆਲਾ ਦੀ ਕੋਵਿਡ ਕੇਅਰ ਇੰਚਾਰਜ ਸੁਰਵੀ ਮਲਿਕ ਨੇ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਅਤੇ ਰਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਕੀਤੇ ਜਾ ਰਹੇ ਇਲਾਜ ਸੰਬੰਧੀ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਕੋਵਿਡ ਦਾ ਲੱਛਣ ਸਾਹਮਣੇ ਆਉਣ ਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣ। बाहर फैल रही हैगियां उन्हां दा असी प्रॉपर एक क्लैरिफिकेशन देवांगे ताकि लोकां नूं इस बीमारी बारे समझण च थोड़ी आसानी होवे। अते इन्हां मैं अपील भी करदी हां कि इन्हां अफवाहां नूं आपां इंपोर्टेंस ना देईए ते टाइमली जरूर आपां मेडिकल अटेंशन जिहड़ी हैगी है ओह सीक करिए। सब तो पहला अज दा मैं दसना चाहुंदी हां दैट एज ऑफ टूडे साडे कोल 228 जिहड़े हैगे है ओह बैड्स भरे हुए हैगे है एंड इन्हां विचों 105 पेशेंट्स डिफरेंट लेवल्स ऑफ ऑक्सीजन ते हैगे हैं। नाउ साडे कोल टोटल 600 बैड ने, साडे कोल 99 वेंटिलेटर्स ने, ये सारे 600 बैड ऑक्सीजन वाले हैगे हैं। साडे कोल वी हाई फ्लो नेजल कैन्यूला हैगे हैं जो कि एडवांस्ड ऑक्सीजन सपोर्ट जो कि आईसीयू च दिता जांदा है ओ हैगा। हाल दी घड़ी 250 तो वध डॉक्टर्स जिहड़े कंसल्टेंट्स ने, JRs ने, SRs ने ते अते 250-300 दे करीब स्टाफ नर्सां रोटेशन विच अते इन्ने ही वार्ड अटेंडेंट्स, क्लास फोर स्वीपर्स इत्थे आइसोलेशन फैसिलिटी दे विच काम कर रहे हन। साडे कोल दो डेडिकेटेड बिल्डिंग्स हैगियां जिहड़ियां कोविड आइसोलेशन फैसिलिटी अनुसार इत्थे फंक्शनल हैगियां ते असी होर भी 150 बैड वधाउण दे उपराले इत्थे कीते जा रहे हन सो दैट कल नूं जेकर पीक आउंदी है ते पेशेंट सर्ज हुंदी है ते असी ਵਧੀਆ ਤਰੀਕੇ ਦੇ ਨਾਲ ਇਹਨੂੰ ਡੀਲ ਕਰ ਸਕੀਏ। ਜਿਹੜੀ ਹੋਰ ਦਿੱਕਤਾਂ ਹੈਗੀਆਂ ਪਹਿਲਾਂ ਦੱਸੀਆਂ ਗਈਆਂ ਸੀਗੀਆਂ ਜਿਵੇਂ ਕਿ ਖਾਣਾ ਪੀਣਾ, ਸਫਾਈ, ਇਹ ਪਹਿਲਾਂ ਵੀ ਫੇਸਬੁੱਕ ਲਾਈਵ ਰਾਹੀਂ ਅਸੀਂ ਦੱਸ ਚੁੱਕੇ ਹਾਂ ਦੈਟ ਆਲ ਦੀਜ਼ ਪ੍ਰੋਬਲਮਸ ਆਰ ਰਿਜ਼ੋਲਵਡ। ਸਾਡੇ ਕੋਲ ਇੱਕ ਡੈਡੀਕੇਟਿਡ ਆਈਸੋਲੇਸ਼ਨ ਕੰਟਰੋਲ ਰੂਮ ਹੈਗਾ ਜਿਹਦੇ ਵਿੱਚ ਹਰ ਵਕਤ 5-7 ਡਾਕਟਰਸ ਤੇ ਅਤੇ ਸਾਡੇ ਯੰਗ ਇੰਟਰਨਸ ਉੱਥੇ ਕੰਮ ਕਰ ਰਹੇ ਹਨ। ਡੈਡੀਕੇਟਿਡ ਫੋਨ ਲਾਈਨਸ ਦੇ ਨਾਲ ਪੇਸ਼ੈਂਟਸ ਦੇ ਰਿਲੇਟਿਵਸ ਨੂੰ ਉਹਨਾਂ ਦੇ ਸਟੇਟਸ ਬਾਰੇ ਦਿਨ ਚ ਇੱਕ ਵਾਰੀ ਦੱਸ ਰਹੇ ਹਨ। ਸਿਰਫ ਲੈਂਡਲਾਈਨ ਫੋਨਸ ਨਹੀਂ, ਸਾਡੇ ਕੋਲ ਇੱਕ ਵਟਸਐਪ ਨੰਬਰ ਵੀ ਚੱਲ ਰਿਹਾ ਹੈਗਾ ਤੇ ਇੱਕ ਫੇਸਬੁੱਕ ਪੇਜ ਵੀ ਚੱਲ ਰਿਹਾ ਹੈਗਾ ਜਿਹਦੇ ਰਾਹੀਂ ਅਸੀਂ ਪੇਸ਼ੈਂਟਸ ਦਾ ਸਟੇਟਸ ਟਾਈਮ ਟੂ ਟਾਈਮ ਪੁੱਛਣ ਤੇ ਰਿਲੇਟਿਵਸ ਨੂੰ ਦੱਸਦੇ ਹੈਗੇ ਆ। ਨਾਓ ਆਪਾਂ ਜੇ ਦੋ ਮੇਨ ਰੂਮਰਸ ਜਿਹੜੇ ਹੈਗੇ ਆ ਉਹਨਾਂ ਨੂੰ ਪਹਿਲਾਂ ਐਡਰੈਸ ਕਰਕੇ ਫਿਰ ਅਸੀਂ ਸਵਾਲਾਂ ਵੱਲ ਚੱਲਾਂਗੇ। ਪਹਿਲਾ ਰੂਮਰ ਜਿਹੜਾ ਹੈਗਾ ਚੱਲ ਰਿਹਾ ਹੈ ਕਿ ਇੱਥੇ ਡਾਕਟਰਾਂ ਨੂੰ ਜਾਂ ਹੋਸਪਿਟਲ ਅਥਾਰਿਟੀਜ਼ ਨੂੰ ਕੁਝ ਪੈਸੇ ਦਿੱਤੇ ਜਾਂਦੇ ਆ ਫੋਰ ਐਵਰੀ ਪੋਜ਼ਿਟਿਵ ਪੇਸ਼ੈਂਟ। ਇਸ ਗੱਲ ਦਾ ਮੈਂ ਕੰਪਲੀਟ ਔਰ ਕੈਟੇਗੋਰੀਕਲ ਮੈਂ ਖੰਡਨ ਕਰਦੀ ਹਾਂ, ਇਹ ਬਿਲਕੁਲ ਗਲਤ ਗੱਲ ਹੈ। ਇੱਥੇ ਐਸੀ ਕੋਈ ਵੀ ਗਵਰਨਮੈਂਟ ਨਹੀਂ ਹੈ ਜੋ ਕਿ ਪੇਸ਼ੈਂਟ ਲੋਡ ਬੜਾਣੇ ਕੀ ਤਰਫ ਧਿਆਨ ਦੇਤੀ ਹੋਏ ਔਰ ਡੈਫੀਨੇਟਲੀ ਇਸ ਤਰ੍ਹਾਂ ਸੇ ਨਹੀਂ। ਹਮਾਰੇ ਪਾਸ ਜਿਤਨੇ ਵੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਹੈਗੇ ਹੈ ਉਹ ਉਹਨਾਂ ਦੀ ਮੈਡੀਕਲ ਅਟੈਂਸ਼ਨ ਦੀ ਬਹੁਤ ਸਖ਼ਤ ਲੋੜ ਹੁੰਦੀ ਹੈ, ਸਗੋਂ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਕੋਲ ਪੇਸ਼ੈਂਟਸ ਟਾਈਮਲੀ ਨਹੀਂ ਆ ਰਹੇ ਹਨ। ਤੇ ਇਹ ਗੱਲ ਬਿਲਕੁਲ ਗਲਤ ਹੈਗੀ ਕਿ ਕੋਈ ਵੀ ਇੱਥੇ ਪੋਜ਼ਿਟਿਵ ਪੇਸ਼ੈਂਟ ਕਰਨ ਵਾਸਤੇ ਜਿਹੜਾ ਹੈਗਾ ਕੋਈ ਪੈਸੇ ਸਰਕਾਰ ਨੂੰ ਮਿਲ ਰਹੇ ਹਨ, ਇਦਾਂ ਦੀ ਕੋਈ ਗੱਲ ਨਹੀਂ ਹੈ। ਹਸਪੀਟਲ ਦੇ ਆਪ ਦੇ ਫੰਡਸ ਅਤੇ ਡਿਜ਼ਾਸਟਰ ਜੋ SDRF ਦੇ ਜਿਹੜੇ ਫੰਡਸ ਨੇ ਉਹਨਾਂ ਵਿੱਚੋਂ ਪੂਰੀ ਤਰ੍ਹਾਂ ਦੀ ਇਨਫਰਾਸਟ੍ਰਕਚਰਲ ਜਿਹੜੀ ਆਪਣੀ ਰਿਕੁਆਇਰਮੈਂਟ ਹੈ ਉਹ ਪੂਰੀ ਕੀਤੀ ਜਾ ਰਹੀ ਹੈ ਅਤੇ ਜੋ ਵੀ ਪੇਸ਼ੈਂਟ ਕੇਅਰ ਵਾਸਤੇ ਸਮਾਨ ਦੀ ਲੋੜ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਸੋ ਇਹ ਗੱਲ ਕਹਿਣੀ ਬਹੁਤ ਗਲਤ ਹੈ ਕਿ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਪੇਸ਼ੈਂਟ ਨੂੰ ਪੋਜ਼ਿਟਿਵ ਕਰਨ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈ, ਇਹ ਬਿਲਕੁਲ ਗਲਤ ਗੱਲ ਹੈ। ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਜਿਹੜਾ ਹੈਗਾ ਇਸ ਅਫਵਾਹ ਨੂੰ ਫੈਲਾਉਣ ਚ ਕੋਈ ਸਹਿਯੋਗ ਨਹੀਂ ਦੋਗੇ, ਸਗੋਂ ਜੋ ਵੀ ਤੁਹਾਨੂੰ ਇਹ ਗੱਲ ਕਰਦਾ ਹੈ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਓਗੇ ਦੈਟ ਸਰਕਾਰ ਦਾ ਫੋਕਸ ਸਿਰਫ ਪਬਲਿਕ ਹੈਲਥ ਕੇਅਰ ਵੱਲ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਪੇਸ਼ੈਂਟਸ ਪੋਜ਼ਿਟਿਵ ਆਉਂਦੇ ਹਨ ਉਹਨਾਂ ਦਾ ਜਲਦ ਤੋਂ ਜਲਦ ਭਾਵੇਂ ਉਹ ਹੋਮ ਆਈਸੋਲੇਸ਼ਨ ਹੋਵੇ ਭਾਵੇਂ ਉਹ ਟਰਸ਼ਰੀ ਕੇਅਰ ਫੈਸਿਲਿਟੀ ਚ ਆਵੇ ਜਲਦ ਤੋਂ ਜਲਦ ਇਲਾਜ ਹੋਵੇ ਤੇ ਉਹ ਠੀਕ ਹੋ ਕੇ ਆਪਣੀ ਲਾਈਵਸ ਰਿਜ਼ਿਊਮ ਕਰ ਸਕਣ।